ਸਾਰਿਆਂ ਨੂੰ ਜੈ ਵਸੀ ਦੀ ਜੀ। ਮੇਰਾ ਨਾਮ ਲਾਲ ਬਹਾਦਰ ਹੈ, ਮੈਂ ਪਟਿਆਲੇ ਦਾ ਰਹਿਣ ਵਾਲਾ ਹਾਂ। ਮੈਂ ਆਪਣੇ ਜੀਵਨ ਦੀ ਬਹੁਤ ਵੱਡੀ ਗਵਾਹੀ ਅੱਜ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ। ਦਸੰਬਰ 2023 ਦੀ ਗੱਲ ਹੈ ਜੀ, ਮੈਂ ਆਊਟ ਆਫ ਸਟੇਸ਼ਨ ਗਿਆ ਹੋਇਆ ਸੀਗਾ, ਪਟਿਆਲੇ ਸ਼ਹਿਰ ਤੋਂ ਬਾਹਰ ਸੀਗਾ ਕਿਤੇ। ਜਦੋਂ ਮੈਂ ਵਾਪਸ ਆਪਣੇ ਘਰ ਪਹੁੰਚਿਆ ਸ਼ਾਮ ਦੇ ਟਾਈਮ, ਤਾਂ ਮੈਨੇ ਆ ਕੇ ਆਪਣੇ ਘਰ ਦੀ ਬੈਲ ਮਾਰੀ। ਮੈਨੂੰ ਆਏ ਸੀਗਾ ਵੀ ਅੰਦਰੋਂ ਬ੍ਰਦਰ ਭਾਬੀ ਜਾਂ ਮੇਰੇ ਮਦਰ ਕੁੰਡਾ ਖੋਲਣਗੇ, ਪਰ ਜਦੋਂ ਅੰਦਰੋਂ ਕੋਈ ਅਲੱਗ ਜਿਹੇ ਚਿਹਰਿਆਂ ਨੇ ਗੇਟ ਖੋਲ੍ਹਿਆ ਅਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਹਾਂਜੀ ਦੱਸੋ, ਤਾਂ ਮੈਂ ਇੱਕਦਮ ਹੈਰਾਨ ਹੋਇਆ ਵੀ ਮੇਰਾ ਘਰ ਹੈ, ਇਹ ਬੰਦਾ ਮੈਨੂੰ ਕਹਿ ਰਿਹਾ ਵੀ ਦੱਸੋ ਤੁਸੀਂ ਕੌਣ। ਅਤੇ ਮੈਨੇ ਉਹਨਾਂ ਨੂੰ ਇਹ ਕਿਹਾ ਵੀ ਸਰ ਤੁਸੀਂ ਕੌਣ, ਤੁਸੀਂ ਦੱਸੋ, ਮੈਂ ਤਾਂ ਇਸ ਘਰ ਦਾ ਮਾਲਕ ਹਾਂ। ਪਰ ਉਹ ਕਹਿੰਦੇ ਨਹੀਂ ਸੋਰੀ ਬ੍ਰਦਰ, ਇਹ ਤੇਰੇ ਜੋ ਵੀ ਮੇਰੇ ਨੋਨ ਜਾਂ ਮੇਰੇ ਰਿਲੇਟਿਵ ਸੀਗੇ ਉਹਨਾਂ ਨੇ ਸਾਨੂੰ ਸੇਲ ਕਰਤਾ। ਤਾਂ ਮੈਂ ਉਸ ਟਾਈਮ ਤੁਹਾਨੂੰ ਕੀ ਦੱਸਾਂ ਵੀ ਉਹਨਾਂ ਇੱਕ ਚੰਦ ਸੈਕਿੰਡਾਂ ਦੇ ਵਿੱਚ ਮੇਰੇ ਬ੍ਰੇਨ 'ਤੇ ਕੀ ਅਟੈਕ ਹੋਇਆ, ਜਾਂ ਮੇਰੀ ਬੋਡੀ 'ਤੇ ਜਾਂ ਮੇਰੇ ਹਾਰਟ 'ਤੇ, ਵੀ ਮੈਨੂੰ ਕੁਛ ਨਹੀਂ ਸਮਝ ਆ ਰਿਹਾ ਸੀ। ਮੈਂ ਫਿਰ ਆਪਣੇ ਆਂਢ ਗੁਆਂਢ ਨੂੰ ਇਕੱਠਾ ਕੀਤਾ, ਮੇਰੀ ਕਲੋਨੀ ਦੇ ਵਿੱਚ 35 ਘਰ ਸੀਗੇ, ਮੇਰੇ ਘਰ ਨੂੰ ਮਿਲਾ ਕੇ 34 ਘਰਾਂ ਨੇ ਆ ਕੇ ਜਦੋਂ ਉੱਥੇ ਮੇਰੇ ਨਾਲ ਸਟੈਂਡ ਕੀਤਾ, ਤਾਂ ਜਦੋਂ ਉਹਨਾਂ ਨੇ ਆਪਣੇ ਪੇਪਰ ਕੱਢ ਕੇ ਦਿਖਾਏ, ਉਹਨਾਂ ਨੇ ਉਲਟਾ ਮੈਨੂੰ ਵੀ ਸਮਝਾਉਣਾ ਸ਼ੁਰੂ ਕਰਤਾ ਵੀ ਦੇਖ ਤੇਰੇ ਨਾਲ ਤੇਰੇ ਇਹ ਰਿਲੇਟਿਵ ਜੋ ਵੀ ਮਿਸ ਕਰ ਗਏ, ਵੀ ਅਸੀਂ ਇਸ 'ਚ ਹੁਣ ਕੁਛ ਨਹੀਂ ਕਰ ਸਕਦੇ, ਕਿਸੇ ਵੀ ਤਰ੍ਹਾਂ ਤੇਰੀ ਹੈਲਪ ਨਹੀਂ ਕਰ ਸਕਦੇ। ਪਰ ਮੈਂ ਸੈਟਿਸਫਾਈ ਨਹੀਂ ਹੋਇਆ, ਮੈਨੇ ਨੀਅਰ ਅਬਾਊਟ ਜਿਹੜੀ ਵੀ ਚੌਂਕੀ ਪੈਂਦੀ ਸੀ ਮੈਂ ਉੱਥੇ ਜਾ ਕੇ ਕੰਪਲੇਂਟ ਕੀਤੀ ਉਹਨਾਂ ਦੀ, ਤਾਂ ਚੌਂਕੀ ਵਾਲਿਆਂ ਨੇ ਵੀ ਉਹਨਾਂ ਨੂੰ ਉੱਥੇ ਬੁਲਾਇਆ ਔਰ ਉਹਨਾਂ ਨੇ ਆ ਕੇ ਪੇਪਰ ਦਿਖਾਤੇ, ਤਾਂ ਚੌਂਕੀ ਵਾਲੇ ਮੈਨੂੰ ਕਹਿਣ ਲੱਗੇ ਵੀ ਤੇਰੇ ਕੋਲ ਕੀ ਪਰੂਫ ਹੈ ਵੀ ਤੂੰ ਇਸ ਪ੍ਰੋਪਰਟੀ ਦਾ ਮਾਲਕ ਹੈ। ਜਦੋਂ ਮੈਨੂੰ ਇਸ ਚੀਜ਼ ਦਾ ਪਤਾ ਲੱਗਿਆ ਕਿ ਹਾਂ ਮੇਰੀ ਪ੍ਰੋਪਰਟੀ ਸੇਲ ਹੋ ਚੁੱਕੀ ਹੈਗੀ ਹੈ, ਤਾਂ ਮੈਂ ਉਹ ਇਸ ਤਰ੍ਹਾਂ ਦੀ ਵਰਡਿੰਗ ਸੁਣ ਕੇ ਮੈਂ ਆਪਣੇ ਆਪ ਉੱਤੇ ਔਰ ਆਪਣੇ ਬ੍ਰੇਨ 'ਤੇ ਨਹੀਂ ਕਾਬੂ ਪਾ ਚੁੱਕਿਆ। ਇੱਕ ਤਰ੍ਹਾਂ ਮੈਨੂੰ ਇੰਨਾ ਵੱਡਾ ਝਟਕਾ ਸੀਗਾ ਕਿ ਮੇਰੀ ਖੜ੍ਹੇ ਪੈਰ ਉਸ ਟਾਈਮ ਕੰਡੀਸ਼ਨ ਇੱਕ ਪਾਗਲਾਂ ਵਰਗੀ ਹੋ ਗਈ ਕਿ ਮੇਰੇ ਨਾਲ ਇਹ ਕੀ ਹੋਇਆ। ਇਸ ਸਦਮੇ ਕਰਕੇ ਮੈਂ ਬਿਲਕੁਲ ਪੂਰੀ ਤਰ੍ਹਾਂ ਮੈਂਟਲੀ ਰਿਸਟੋਰ ਹੋ ਚੁੱਕਾ ਸੀਗਾ, ਜਦਕਿ ਮੈਨੂੰ ਇਹ ਹੀ ਨਹੀਂ ਸਮਝ ਆਉਂਦੀ ਸੀਗੀ ਵੀ ਮੈਂ ਕਿੱਥੇ ਸਟੇਅ ਕਰੂੰਗਾ, ਮੈਂ ਕਿੱਥੇ ਜਾਵਾਂ, ਕਿੱਥੇ ਮੇਰਾ ਨਹਾਉਣ ਧੋਣ ਹੋਏਗਾ, ਕਿੱਥੇ ਮੈਂ ਕੱਪੜੇ ਚੇਂਜ ਕਰ ਸਕਦਾ ਗਾ। ਮੈਨੂੰ ਕੁਛ ਵੀ ਨਹੀਂ ਸਮਝ ਆ ਰਿਹਾ ਸੀ, ਮੈਂ ਪ੍ਰੋਪਰ ਇੱਕ ਤਰ੍ਹਾਂ ਦਾ ਮੈਂਟਲ ਹੋ ਚੁੱਕਾ ਸੀਗਾ। ਜਦੋਂ ਮੇਰੇ 'ਤੇ ਇੰਨਾ ਜ਼ਿਆਦਾ ਇੱਕਦਮ ਪ੍ਰੈਸ਼ਰ ਪੈ ਗਿਆ ਮੇਰੇ ਦਿਮਾਗ 'ਤੇ, ਮੈਂ ਡਿਪਰੈਸ਼ਨ ਵਿੱਚ ਚਲਾ ਗਿਆ ਔਰ ਮੇਰੇ ਪਾਗਲਾਂ ਵਾਲੀਆਂ ਮਤਲਬ ਮੇਰੀ ਫੀਲਿੰਗ ਜੀ ਆਉਣ ਲੱਗ ਗਈਆਂ ਮੈਨੂੰ ਆਪਣੇ ਆਪ ਤੋਂ, ਮਤਲਬ ਮੇਰੀ ਹਾਲਤ ਇੰਨੀ ਜ਼ਿਆਦਾ ਖਰਾਬ ਹੋ ਚੁੱਕੀ ਸੀ, ਤੁਸੀਂ ਯਕੀਨ ਵੀ ਨਹੀਂ ਕਰੋਗੇ ਕਿ ਇੱਕ ਭਿਖਾਰੀ ਵੀ ਮੰਗ ਕੇ ਕਿਸੇ ਨਾ ਕਿਸੇ ਕੋਲੋਂ ਖਾ ਲੈਂਦਾ ਸੀ। ਪਰ ਮੈਂ ਪੜ੍ਹਿਆ ਲਿਖਿਆ ਹੋਣ ਦੇ ਕਾਰਨ ਮੈਨੂੰ ਭੀਖ ਵੀ ਨਹੀਂ ਮੰਗਣੀ ਆਉਂਦੀ ਸੀ, ਪਰ ਕਈ ਐਸੇ ਫੇਸ ਮੈਨੇ ਦੇਖੇ ਜਿਹੜੇ ਮੇਰੀ ਕੰਡੀਸ਼ਨ ਦੇਖ ਕੇ, ਮੇਰਾ ਪਾਗਲਪਨ ਦੇਖ ਕੇ, ਮੇਰੀ 10-15 ਰੁਪਏ ਮੈਨੂੰ ਦੇ ਦਿੰਦੇ ਸੀਗੇ ਵੀ ਅੰਕਲ ਠੰਡ ਹੈ ਚਾਹ ਪੀ ਲਓ, ਤਾਂ ਉਸ ਮਜ਼ਬੂਰੀ 'ਚ ਮੈਨੂੰ ਇਸ ਤਰ੍ਹਾਂ ਹੱਥ ਭਿਖਾਰੀਆਂ ਦੀ ਤਰ੍ਹਾਂ ਕਰਨੇ ਪਏ ਵੀ ਇਹ 10 ਦਾ ਨੋਟ ਮੇਰੇ ਵਾਸਤੇ, ਸ਼ਾਇਦ ਚਾਹ ਪੀ ਕੇ ਮੈਂ ਅੱਜ ਦਾ ਦਿਨ ਆਪਣੀ ਲਾਈਫ ਨੂੰ ਸੇਫ ਕਰ ਲਵਾਂਗਾ, ਇੰਨੀ ਜ਼ਿਆਦਾ ਠੰਡ ਸੀਗੀ। ਉਹ ਤੋਂ ਬਾਅਦ ਕੀ ਹੋਇਆ, ਮੈਂ ਇੱਕ ਸ਼ਟਰ ਦੇ ਨੀਚੇ ਸੁੱਤਾ ਪਿਆ ਸੀਗਾ ਇਸੀ ਤਰ੍ਹਾਂ, ਤਾਂ ਉੱਥੇ ਇੱਕ ਅਮਰੂਦਾਂ ਵਾਲੇ ਦੀ ਰੇਹੜੀ ਲੱਗੀ ਹੋਈ ਸੀਗੀ। ਉਸ ਅਮਰੂਦ ਵਾਲੇ ਅੰਕਲ ਨੇ ਮੈਨੂੰ ਕਿਹਾ ਵੀ ਅੰਕਲ ਠੰਡ ਹੈ ਵੀ ਆਹ ਬੋਰੀ ਲੈ ਲੈ ਤੂੰ ਉੱਤੇ। ਉਸ ਵਿਚਾਰੇ ਨੇ ਮੈਨੂੰ ਬੋਰੀ ਦਿੱਤੀ ਕਟਿੰਗ ਕਰਕੇ, ਜਿਵੇਂ ਕਿ ਇੱਕ ਲੰਬੀ ਚਾਦਰ ਟਾਈਪ, ਤਾਂ ਉਹ ਮੈਂ ਬੋਰੀ ਜਦੋਂ ਪੈਰਾਂ 'ਤੇ ਲੈਂਦਾ ਸੀ ਤਾਂ ਮੇਰੇ ਮੂੰਹ ਨੂੰ ਠੰਡ ਲੱਗਦੀ ਸੀ, ਜੇ ਮੈਂ ਮੂੰਹ ਕਵਰ ਕਰਦਾ ਸੀ ਤਾਂ ਮੇਰੇ ਨੀਚੇ ਲੱਤਾਂ ਨੂੰ ਠੰਡ ਲੱਗਦੀ ਸੀਗੀ। ਜਦੋਂ ਮੈਂ ਰੇਲਵੇ ਸਟੇਸ਼ਨ 'ਤੇ ਪੈਂਦਾ ਸੀ ਜਾਂ ਕਿਸੇ ਵੀ ਸ਼ੈੱਡ ਸ਼ੂਟ ਥੱਲੇ ਜਾ ਕੇ ਸਟੇਅ ਕਰਦਾ ਸੀਗਾ, ਮਾੜਾ ਮੋਟਾ ਆਰਾਮ ਕਰਦਾ ਸੀਗਾ, ਤਾਂ ਉਸ ਟਾਈਮ ਮੈਂ ਇਹ ਗੱਲਾਂ ਸੋਚਦਾ ਹੁੰਦਾ ਸੀ ਕਿ ਮੈਨੇ ਗ੍ਰੈਜੂਏਸ਼ਨ ਕੀਤੀ ਹੈ, ਉਸ ਤੋਂ ਬਾਅਦ ਮੈਨੇ ਡਬਲ MA ਕੀਤੀ ਹੈ, ਉਹ ਵੀ ਸੈਕਿੰਡ ਕਲਾਸ 'ਚ ਕੀਤੀ ਹੈ, ਵੀ ਮੈਂ ਕੋਈ ਕੰਮ ਜਾਂ ਛੋਟਾ ਮੋਟਾ ਕੁਛ ਹੋਰ ਕਰ ਸਕਦਾ ਹੈਗਾ ਜਾਂ ਭਾਂਡੇ ਵੀ ਮਾਂਜ ਸਕਦਾ ਹੈਗਾ। ਪਰ ਮੇਰੇ ਦਿਮਾਗ ਦੇ ਉੱਤੇ ਇੰਨਾ ਜ਼ਿਆਦਾ ਮੈਂਟਲੀ ਉਹ ਹੋ ਚੁੱਕਾ ਸੀਗਾ ਵੀ ਸੋਚ ਜ਼ਰੂਰ ਲੈਂਦਾ ਸੀਗਾ ਬਟ ਮੈਂ ਉੱਧਰ ਨੂੰ ਤੁਰ ਨਹੀਂ ਸਕਦਾ ਸੀਗਾ, ਮੇਰੇ ਪੈਰ ਉੱਧਰ ਨੂੰ ਨਹੀਂ ਜਾਣ ਦਿੰਦੇ ਸੀਗੇ ਮੈਨੂੰ। ਬਸ ਇਹੀ ਹੁੰਦਾ ਸੀਗਾ ਵੀ ਮੇਰੇ ਨਾਲ ਲਾਈਫ ਨੇ ਇਹ ਕੀ ਇੱਕ ਮਜ਼ਾਕ ਕੀਤਾ ਹੈਗਾ, ਵੀ ਇੰਨਾ ਵੱਡਾ ਝਟਕਾ ਮੈਨੂੰ ਦਿੱਤਾ ਵੀ ਮੈਂ ਮੈਂਟਲ ਹੋ ਗਿਆ।
ਉਹਨਾਂ ਦਿਨਾਂ ਦੇ ਵਿੱਚ ਮੈਨੂੰ ਆਪਣੇ ਆਪ ਦੀ ਵੀ ਪੂਰਾ ਮਤਲਬ ਬੋਡੀ ਮੇਰੀ ਇਸ ਤਰ੍ਹਾਂ ਦੀ ਹੋ ਚੁੱਕੀ ਸੀਗੀ ਵੀ ਇੰਨੀ ਜ਼ਿਆਦਾ ਗੰਦੀ ਸਮੈਲ ਆਉਂਦੀ ਸੀਗੀ, ਮੇਰੇ ਉਹ ਕੱਪੜੇ ਜਿਹੜੇ ਮੇਰੇ ਤਨ 'ਤੇ ਸੀਗੇ ਪਾਏ ਹੋਏ, ਇੱਕ ਤਰ੍ਹਾਂ ਵਾਈਟ ਸ਼ਰਟ ਮੈਂ ਬਿਲਕੁਲ ਬਲੈਕ ਹੋ ਚੁੱਕੇ, ਕਾਲਰ ਵੀ ਇੱਕ ਕੋਕਰੋਚ ਸ਼ਾਇਦ ਉਹਨੂੰ ਗਟਰ 'ਚੋਂ ਕੱਢੋ ਤਾਂ ਉਹਦੇ ਕੋਲੋਂ ਵੀ ਇੰਨੀ ਗੰਦੀ ਸਮੈਲ ਨਹੀਂ ਆਏਗੀ ਜਿੰਨੀ ਕਿ ਮੇਰੇ ਬੋਡੀ ਤੋਂ ਗੰਦੀ ਸਮੈਲ ਆ ਰਹੀ ਸੀ। ਮੈਂ ਖੁਦ ਆਪਣੇ ਆਪ ਤੋਂ ਇਰੀਟੇਟ ਹੋ ਚੁੱਕਾ ਸੀਗਾ, ਪਰ ਮੇਰੇ ਦਿਮਾਗ ਪਾਗਲ ਕਹਿ ਲਓ ਜਾਂ ਕੁਛ ਕਹਿ ਲਓ, ਮੈਨੂੰ ਕੁਛ ਵੀ ਵੇ ਨਹੀਂ ਮਿਲ ਰਿਹਾ ਸੀ, ਕੋਈ ਰਸਤਾ ਨਹੀਂ ਪ੍ਰੋਪਰ ਮੈਂ ਚੁਣ ਪਾ ਰਿਹਾ ਸੀਗਾ ਆਪਣੀ ਲਾਈਫ ਦਾ ਵੀ ਮੈਂ ਕਿਸ ਪਾਸੇ ਜਾਵਾਂ। ਮੇਰਾ ਆਪਣਾ ਸ਼ਹਿਰ ਹੀ ਜਦੋਂ ਮੈਨੂੰ ਪਾਗਲ ਦਾਮ ਦੇ ਨਾਲ ਨਾਲ ਮੈਨੂੰ ਬੁਲਾਉਣ ਲੱਗ ਗਏ, ਤਾਂ ਜਦੋਂ ਮੈਂ ਕਿਸੇ ਗਲੀ ਜਾਂ ਮੁਹੱਲੇ ਦੇ ਵਿੱਚ ਜਾਂਦਾ ਸੀ, ਉੱਥੇ ਛੋਟੇ ਛੋਟੇ ਬੱਚੇ ਜੋ ਕਿ 7-8 ਸਾਲ ਦੀ ਏਜ ਦੇ ਹੁੰਦੇ ਸੀ, ਉਹਨਾਂ ਨੇ ਰੋੜੇ ਪੱਥਰ ਚੱਕ ਲੈਣੇ ਵੀ ਇਹ ਕੋਈ ਪਾਗਲ ਹੈ। ਉਹ ਮੇਰੇ ਬੱਜੇ ਵੀ ਹੈ ਜੀ ਬੋਡੀ 'ਤੇ, ਮੈਂ ਤੁਹਾਨੂੰ ਕੀ ਦੱਸਾਂ ਵੀ ਉਸ ਦੌਰਾਨ ਮੈਂ ਉਹ ਬੱਟੇ ਵੀ ਖਾਧੇ ਆਪਣੀ ਬੋਡੀ 'ਤੇ। ਐਂਡ ਮੈਂ ਕਾਫੀ ਸੋਚ ਵਿਚਾਰਨ ਤੋਂ ਬਾਅਦ ਜਦੋਂ ਦੇਖਿਆ ਵੀ ਮੇਰੀ ਕਿਤੇ ਜਿੱਤ ਨਹੀਂ ਹੋ ਸਕਦੀ, ਮੈਂ ਇੱਕ ਪਾਗਲ ਹਾਂ, ਆਪਣੇ ਸ਼ਹਿਰ ਦਾ ਪਾਗਲ ਕਰਾਰ ਹੋ ਚੁੱਕਾ ਹਾਂ, ਤਾਂ ਮੈਨੇ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਦਾ ਸੋਚ ਲਿਆ। ਔਰ ਉਸ ਰਸਤੇ ਉੱਤੇ ਮੈਨੇ ਆਪਣੇ ਆਪ ਨੂੰ ਤੋਰ ਲਿਆ। ਮੈਂ ਰੇਲਵੇ ਸਟੇਸ਼ਨ ਪਹੁੰਚਿਆ, ਉੱਥੋਂ ਮੈਨੂੰ ਪਤਾ ਲੱਗਿਆ ਵੀ ਟ੍ਰੇਨ 5-7 ਮਿੰਟਾਂ ਵਿੱਚ ਇੱਥੋਂ ਜਾਣ ਵਾਲੀ ਹੈ, ਫਾਟਕ ਬੰਦ ਸੀਗਾ, ਤਾਂ ਮੈਂ ਲੋਕਾਂ ਦੀਆਂ ਨਜ਼ਰਾਂ ਤੋਂ ਬਚਦਾ ਹੋਇਆ ਉਸ ਰੇਲਵੇ ਲਾਈਨ ਦੇ ਥੋੜ੍ਹਾ ਅੱਗੇ ਜਾ ਕੇ ਬਿਲਕੁਲ ਸੈਂਟਰ ਦੇ ਵਿੱਚ ਪਿੱਠ ਕਰਕੇ ਟ੍ਰੇਨ ਵਾਲੀ ਸਾਈਡ ਨੂੰ ਮੈਂ ਖੜ੍ਹਾ ਹੋ ਗਿਆ। ਜਦੋਂ ਟ੍ਰੇਨ ਬਿਲਕੁਲ ਮੇਰੇ 5-7 ਮੀਟਰ ਦੀ ਦੂਰੀ 10 ਮੀਟਰ ਦੀ ਦੂਰੀ 'ਤੇ ਰਹਿ ਗਈ ਸੀਗੀ, ਉਸੀ ਦੌਰਾਨ ਮੇਰੇ ਨਾਲ ਕੀ ਹਾਦਸਾ ਹੋਇਆ ਵੀ ਇੱਕ ਐਸਾ ਇਨਸਾਨ, ਪਤਾ ਨਹੀਂ ਕੌਣ ਸੀਗਾ ਕੌਣ ਨਹੀਂ ਸੀਗਾ, ਉਸਨੇ ਆ ਕੇ ਮੇਰਾ ਹੱਥ ਫੜ ਕੇ ਮੈਨੂੰ ਸਾਈਡ 'ਤੇ ਕੀਤਾ, ਪਰ ਉਸ ਬੰਦੇ ਨੇ ਮੈਨੂੰ ਕੋਈ ਗਲਤ ਗਾਈਡ ਨਹੀਂ ਕੀਤਾ, ਮੈਨੂੰ ਗਾਲ ਨਹੀਂ ਕੱਢੀ, ਮੈਨੂੰ ਪੁਲਿਸ ਦੇ ਹਵਾਲੇ ਨਹੀਂ ਕੀਤਾ, ਉਲਟਾ ਉਹਨੇ ਮੈਨੂੰ ਇਹ ਕਿਹਾ ਵੀ ਅੰਕਲ ਚਾਹ ਪੀਓਗੇ, ਤਾਂ ਉਹ ਬੰਦਾ ਮੈਨੂੰ ਚਾਹ ਦੇ ਬਹਾਨੇ ਗੱਲਾਂ ਵਿੱਚ ਪੈਦਲ ਤੋਰਦਾ ਹੋਇਆ ਪਹਿਲਾਂ ਮੇਰੇ ਨਾਲ ਇਸ਼ੂ ਜੀ ਦੀਆਂ ਗੱਲਾਂ ਕਰਦਾ ਰਿਹਾ ਵੀ ਇਸ ਤਰ੍ਹਾਂ ਪਰਮੇਸ਼ੁਰ ਇਸ ਤਰ੍ਹਾਂ ਪਰਮੇਸ਼ੁਰ ਉਸ ਤਰ੍ਹਾਂ। ਜਦੋਂ ਅਸੀਂ ਇੱਕ ਚਰਚ ਘਰ ਦੇ ਬਾਹਰ ਪਹੁੰਚੇ ਤਾਂ ਉਹਨੇ ਮੈਨੂੰ ਦੱਸਿਆ ਕਿ ਇਹ ਅੰਕਲ ਨਰੂਲਾ ਜੀ ਦੀ ਮਿਨਿਸਟਰੀ ਦੀ ਇੱਕ ਬ੍ਰਾਂਚ ਹੈ, ਤੂੰ ਇੱਥੇ ਅੰਦਰ ਜਾ, ਤੇਰੀ ਹਰ ਪ੍ਰੋਬਲਮ ਦਾ ਇੱਥੇ ਹੱਲ ਤੈਨੂੰ ਮਿਲ ਜਾਏਗਾ। ਜਦੋਂ ਮੈਂ ਪਟਿਆਲੇ ਬ੍ਰਾਂਚ ਵਿੱਚ ਉੱਥੋਂ ਗੇਟ ਤੋਂ ਅੰਦਰ ਇੰਟਰ ਕੀਤਾ ਤਾਂ ਉੱਥੇ ਮੈਂ ਕੀ ਆਪਣੀ ਅੱਖਾਂ ਨਾਲ ਦੇਖ ਰਿਹਾ ਕਿ ਉੱਥੇ ਬਹੁਤ ਪਬਲਿਕ ਇਕੱਠ ਹੋਇਆ ਪਿਆ ਹੈਗਾ, ਲੋਕ ਡਾਂਸ ਵੀ ਕਰ ਰਹੇ ਹੈ, ਤਾਂ ਮੇਰੇ ਕੰਨਾਂ ਵਿੱਚ ਕੁਛ ਵਰਡ ਐਸੇ ਪਏ, ਤੁਝੇ ਗਿਰਨੇ ਨਹੀਂ ਦੂੰਗਾ, ਤੁਝੇ ਝੁਕਨੇ ਨਹੀਂ ਦੂੰਗਾ, ਤੇਰੀ ਹਰ ਯੁੱਧ ਮੈਂ ਤੇਰੇ ਸਾਥ ਖੜੂੰਗਾ। ਮੇਰਾ ਰੋਣਾ ਨਿਕਲ ਗਿਆ ਉਹ ਸੌਂਗ ਨੂੰ ਸੁਣ ਕੇ। ਮੈਂ ਉਹਨਾਂ ਦੀ ਇੱਕ ਚੇਅਰ ਲਿੱਤੀ ਅਤੇ ਸਾਈਡ 'ਤੇ ਬੈਠ ਕੇ ਮੈਂ ਸੁਣਨ ਲੱਗ ਗਿਆ, ਅਤੇ ਨਾਲ ਦਿਨ ਮੈਨੇ ਪੁੱਛਿਆ ਵੀ ਇਹ ਕੀ ਚੱਲ ਰਿਹਾ ਇੱਥੇ ਪ੍ਰੋਗਰਾਮ, ਤਾਂ ਉਸਨੇ ਕਿਹਾ ਵੀ ਸਾਡੀ ਮੀਟਿੰਗ ਚੱਲ ਰਹੀ ਹੈ ਜੋ ਕਿ ਹਰ ਵੀਰਵਾਰ ਔਰ ਸੰਡੇ ਹੁੰਦੀ ਹੈ। ਮੈਂ ਉੱਥੇ ਬੈਠਣ ਸਾਰ ਨੂੰ ਮਹਿਸੂਸ ਕਰ ਰਿਹਾ ਸੀਗਾ ਵੀ ਮੈਂ ਕਿਸ ਜੰਨਤ ਦੇ ਵਿੱਚ ਆ ਗਿਆ, ਵੀ ਇੰਨਾ ਸਕੂਨ ਮਿਲਦਾ ਹੈਗਾ, ਇੰਨੇ ਉਹ ਮਤਲਬ ਸੌਂਗ ਦੇ ਵਿੱਚ ਇੰਨੀ ਵਿਲ ਸੀਗੀ, ਇੰਨੀ ਪਾਵਰ ਸੀਗੀ ਕਿ ਮੇਰੇ ਤੋਂ ਰਿਹਾ ਨਹੀਂ ਗਿਆ। ਮੈਂ ਇੰਨੀ ਖੁੱਲ੍ਹ ਕੇ ਰੋਣਾ ਸ਼ੁਰੂ ਕਰਤਾ, ਇੰਨਾ ਖੁੱਲ੍ਹ ਕੇ ਰੋਣਾ ਸ਼ੁਰੂ ਕਰਤਾ। ਜਦੋਂ ਮੈਂ ਉਸ ਮੀਟਿੰਗ ਦੇ ਦੌਰਾਨ ਰੋ ਰਿਹਾ ਸੀ ਤਾਂ ਇੱਕਦਮ ਅਚਾਨਕ ਮੇਰੇ ਜੋ ਫਰੰਟ ਦੇ ਉੱਤੇ ਸਕਰੀਨ ਲੱਗੀ ਹੋਈ ਸੀਗੀ ਤਾਂ ਉੱਥੇ ਇੱਕ ਪਰਸਨ ਇਸ ਤਰ੍ਹਾਂ ਜੋ ਕਿ ਪ੍ਰਭੂ ਦਾ ਦਾਸ ਸੀ, ਮੈਨੇ ਉਹਨਾਂ ਦੇ ਫੇਸ ਵੱਲ ਦੇਖਿਆ, ਉਸ ਫੇਸ ਨੂੰ ਦੇਖਦੇ ਸਾਰ ਮੇਰਾ ਡਰ ਕਿਵੇਂ ਚੱਕਿਆ ਗਿਆ, ਮੈਨੂੰ ਇੱਕ ਜੀਣ ਦੀ ਆਸ ਉਮੀਦ ਹੋਈ ਉਸ ਪ੍ਰਭੂ ਦੇ ਦਾਸ ਦੀਆਂ ਗੱਲਾਂ ਉਹਦੇ ਬਚਨ ਸੁਣੇ ਮੈਨੇ। ਜਦੋਂ ਮੀਟਿੰਗ ਦੌਰਾਨ ਜਿਸ ਤਰ੍ਹਾਂ ਹੀ ਮੀਟਿੰਗ ਖਤਮ ਹੋਈ ਤਾਂ ਮੇਰੇ ਨਾਲ ਜਿਹੜੇ ਇੱਕ ਬੈਠੇ ਸੀਗੇ ਉਹਨਾਂ ਨੇ ਮੈਨੂੰ ਜਲੰਧਰ ਹਾਂਬਰਾ ਚਰਚ ਬਾਰੇ ਚਾਨਣਾ ਪਾਇਆ, ਬਟ ਮੈਨੂੰ ਉਹਦੇ ਬਾਰੇ ਕੁਛ ਵੀ ਨਹੀਂ ਪਤਾ ਸੀਗਾ। ਤਾਂ ਉਹਨਾਂ ਨੇ ਈਵਨ ਕਿ ਮੈਨੂੰ 250 ਰੁਪਏ ਕੱਢੇ, ਉਹਨਾਂ ਨੇ ਮੈਨੂੰ ਕਿਹਾ ਵੀ ਆਹ ਲਓ ਫੜੋ ਭਾਈ ਸਾਹਿਬ 250 ਰੁਪਏ ਹੈ, ਪਰ ਤੁਹਾਡਾ 205 ਰੁਪਏ ਪਟਿਆਲੇ ਤੋਂ ਲੈ ਕੇ ਜਲੰਧਰ ਬੱਸ ਸਟੈਂਡ ਤੱਕ ਕਿਰਾਇਆ ਲੱਗਣਾ, ਅੰਗੇ ਹਾਂਬਰਾ ਚਰਚ ਤੱਕ ਪਹੁੰਚਣ ਲਈ ਤੁਹਾਨੂੰ 30 ਰੁਪਏ ਦੇਣੇ ਪੈਣੇ ਹੈ। ਤਾਂ ਮੈਨੇ ਸੋਚਿਆ ਵੀ ਚਲੋ ਦੇਖ ਲੈਂਦੇ ਹਾਂ ਜਲੰਧਰ ਜਾ ਕੇ ਵੀ ਕੀ ਹੁੰਦਾ। ਤਾਂ ਮੈਂ ਜੀ ਸਵੇਰੇ ਅਰਲੀ ਮਾਰਨਿੰਗ 6 ਵਜੇ ਜਦੋਂ ਪਟਿਆਲੇ ਬੱਸ ਸਟੈਂਡ ਤੋਂ ਬੱਸ ਲੈਣ ਲੱਗਿਆ, ਜਦੋਂ ਮੈਂ ਬੱਸ ਚੜ੍ਹਿਆ ਤਾਂ ਸ਼ੀਟ 'ਤੇ ਬਸ ਬੈਠਣ ਦੀ ਦੇਰ ਸੀ, ਮੈਨੂੰ ਨਹੀਂ ਪਤਾ ਵੀ ਮੈਂ ਕਿਸ ਦੁਨੀਆ 'ਚ ਚਲਾ ਗਿਆ, ਮੈਨੂੰ ਇੰਨੀ ਕੁ ਗੂੜੀ ਨੀਂਦ ਆਈ ਹੋਈ ਸੀ
ਕਿ ਮੇਰੀ ਅੱਖ ਸਿੱਧੀ ਜਲੰਧਰ ਬੱਸ ਸਟੈਂਡ 'ਤੇ ਜਾ ਕੇ ਖੁੱਲ੍ਹੀ। ਮੈਂ ਬੱਸ ਸਟੈਂਡ ਤੋਂ ਬਾਹਰ ਹੋਇਆ ਤਾਂ ਮੈਨੂੰ ਕੁਛ ਥ੍ਰੀ ਵੀਲਰ, ਜਿਸ ਤਰ੍ਹਾਂ ਮੈਨੂੰ ਉਸ ਬੰਦੇ ਨੇ ਦੱਸਿਆ ਸੀਗਾ ਵੀ ਥ੍ਰੀ ਵੀਲਰ ਨਜਾਈ ਦੇਣਗੇ, ਉੱਥੇ ਜਾ ਕੇ ਹੰਬਰਾ ਚਰਚ ਬਾਰੇ ਕਿਸੇ ਨੂੰ ਕਹਿ ਦੀ ਤੇਰੇ 30 ਰੁਪਏ ਕਿਰਾਇਆ ਲੱਗੂਗਾ, ਤੈਨੂੰ ਉੱਥੇ ਛੱਡ ਦੇਣਗੇ। ਜਦੋਂ ਮੈਂ ਬੱਸ ਸਟੈਂਡ ਤੋਂ ਬਾਹਰ ਆਇਆ ਤਾਂ ਮੈਨੇ ਥ੍ਰੀ ਵੀਲਰ ਵਾਲੇ ਨੂੰ ਕਿਹਾ ਵੀ ਮੈਨੇ ਹੰਬਰਾ ਚਰਚ ਤੱਕ ਜਾਣਾ ਹੈਗਾ। ਉਸ ਪਰਸਨ ਨੇ ਮੈਨੂੰ ਥ੍ਰੀ ਵੀਲਰ ਵਾਲੇ ਨੇ ਹੰਬਰਾ ਚਰਚ 'ਚ ਪਹੁੰਚਾ ਦਿੱਤਾ। ਜਦੋਂ ਮੈਂ ਹੰਬਰਾ ਚਰਚ 'ਚ ਅੱਗੇ ਰਿਸੈਪਸ਼ਨ ਤੱਕ ਪਹੁੰਚ ਗਿਆ ਤਾਂ ਮੇਰੀ ਮਤਲਬ ਇਸ ਤਰ੍ਹਾਂ ਦੀ ਕੰਡੀਸ਼ਨ ਸੀਗੀ ਕਿ ਮੈਨੂੰ ਕੁਛ ਵੀ ਸਮਝ ਨਹੀਂ ਆ ਰਹੀ ਸੀ, ਕਿ ਪਾਗਲਾਂ ਤੋਂ ਵੀ ਪਾਗਲਾਂ ਵਾਲੇ ਲੁੱਕ ਸੀ ਮੇਰੀ। ਉਸ ਤੋਂ ਬਾਅਦ ਮੈਂ ਚਰਚ ਭਵਨ ਵਿੱਚ ਹੀ ਰਹਿਣਾ ਸ਼ੁਰੂ ਕਰ ਦਿੱਤਾ ਅਤੇ ਉੱਥੇ ਮੈਨੂੰ ਆਪਣੇ ਆਪ ਨੂੰ ਬੜਾ ਸਕੂਨ ਮਿਲਣ ਲੱਗ ਗਿਆ। ਰਾਤ ਨੂੰ ਮੈਨੂੰ ਨੀਂਦ ਆਉਣ ਲੱਗ ਗਈ। ਵੀਰਵਾਰ ਔਰ ਸੰਡੇ ਦੀ ਮੈਂ ਮੀਟਿੰਗਸ ਅਟੈਂਡ ਕਰਨੀਆਂ ਸ਼ੁਰੂ ਕਰ ਦਿੱਤੀਆਂ। ਟਾਈਮ ਨਿਕਾਲ ਕੇ ਮੈਂ ਸੇਵਾ ਵੀ ਕਰਦਾ ਰਿਹਾ। ਜਿਵੇਂ ਜਿਵੇਂ ਮੈਂ ਪ੍ਰਵਚਨ ਸੁਣਦਾ ਗਿਆ, ਮੈਨੂੰ ਆਪਣੀ ਲਾਈਫ ਚੇਂਜ ਹੁੰਦੀ ਦਿਖੀ। ਮੈਂ ਉਸ ਪ੍ਰਭੂ ਦੇ ਉੱਤੇ ਮੇਰਾ ਵਿਸ਼ਵਾਸ ਬਿਲੀ ਵੱਧਦਾ ਗਿਆ। ਇਸ ਦੇ ਨਾਲ ਨਾਲ ਜਦੋਂ ਪ੍ਰਭੂ ਦੇ ਦਾਸ ਪ੍ਰੇਅਰ ਕਰਦੇ ਸੀ ਕਿ ਤੁਹਾਡੇ ਸਰੀਰਾਂ ਨੂੰ ਪਾਗਲਪਨ ਦੀ ਦੁਸ਼ਟ ਆਤਮਾ ਛੱਡ ਕੇ ਜਾਵੇ, ਤਾਂ ਮੈਂ ਰਿਸੀਵ ਕਰਦਾ ਸੀ। ਪ੍ਰਭੂ ਨੂੰ ਮੈਨੇ ਆਪਣਾ ਆਧਾਰ ਕਰਤਾ ਮੰਨਿਆ ਔਰ 4 ਫਰਵਰੀ 2024 ਨੂੰ ਮੈਨੇ ਪ੍ਰਭੂ ਦੀ ਦਾਸੀ ਕੋਲੋਂ ਮੈਨੇ ਬਪਤਿਸਮਾ ਲਿਆ। ਬਪਤਿਸਮੇ ਦੌਰਾਨ ਜਦੋਂ ਪ੍ਰਭੂ ਦੀ ਦਾਸੀ ਨੇ ਮੇਰੇ ਇੱਥੇ ਸਿਰ 'ਤੇ ਆਪਣਾ ਹੱਥ ਰੱਖਿਆ ਔਰ ਉਹਨਾਂ ਨੇ ਪ੍ਰੇਅਰ ਕੀਤੀ, ਜਿਸ ਤਰ੍ਹਾਂ ਹੀ ਪ੍ਰਭੂ ਦੀ ਦਾਸੀ ਨੇ ਮੇਰੇ ਸਿਰ 'ਤੇ ਹੱਥ ਰੱਖਿਆ ਤਾਂ ਮੈਂ ਉਸ ਟਾਈਮ ਮਹਿਸੂਸ ਕੀਤਾ ਵੀ ਮੈਂ ਉਸ ਪਾਗਲਪਨ ਦੇ ਦੌਰੇ ਤੋਂ, ਉਸ ਦੁਸ਼ਟ ਆਤਮਾ ਤੋਂ ਬੁਰੀ ਤਰ੍ਹਾਂ ਰਿਲੀਫ ਲੈ ਚੁੱਕਾ ਹਾਂ। ਹੁਣ ਮੈਂ ਬਿਲਕੁਲ ਪ੍ਰੋਪਰ, ਬਿਲਕੁਲ ਠੀਕ ਹਾਂ। ਮੇਰੇ ਵਿੱਚ ਕੋਈ ਉਸ ਤਰ੍ਹਾਂ ਦੀ ਪਾਗਲਪਨ ਵਾਲੀ ਕੋਈ ਹਰਕਤ ਨਹੀਂ ਹੈਗੀ। ਮੈਂ ਬਿਲਕੁਲ ਟਾਈਮ ਸਿਰੇ ਨਹਾਉਣਾ ਧੋਣਾ, ਖਾਣਾ, ਸੇਵਾ ਕਰਨੀ ਪਰਮੇਸ਼ਵਰ ਦੀ। ਹੁਣ ਮੈਂ ਆਪਣੀ ਇਸ ਲਾਈਫ ਤੋਂ ਬਹੁਤ ਹੀ ਹੈਪੀ ਹਾਂ, ਖੁਸ਼ ਹਾਂ। ਜਿੰਨੇ ਮੈਂਟਲੀ ਡਿਸਟਰਬ ਪਰਸਨ ਨੇ ਮੇਰੀ ਤਰ੍ਹਾਂ ਜਿਸ ਤਰ੍ਹਾਂ ਮੇਰੇ 'ਤੇ ਹਾਲਾਤ ਆਏ ਸੀ, ਮੈਂ ਚਾਹੁੰਦਾ ਹਾਂ ਕਿ ਤੁਸੀਂ ਇੱਕ ਵਾਰੀ ਪ੍ਰਭੂ ਦੇ ਵਿੱਚ ਵਿਸ਼ਵਾਸ ਕਰਕੇ ਪ੍ਰਭੂ ਵੱਲ ਇੱਕ ਕਦਮ ਚੱਕ ਕੇ ਦੇਖੋ ਤਾਂ ਪ੍ਰਭੂ ਤੁਹਾਡੇ ਵੱਲ 100 ਕਦਮ ਚੱਕ ਕੇ ਆ ਜਾਂਦਾ ਹੈ ਔਰ ਇਸ ਤਰ੍ਹਾਂ ਦੀਆਂ ਆਪਣੀਆਂ ਭੈੜੀਆਂ ਦੁਸ਼ਟ ਆਤਮਾਵਾਂ ਤੋਂ ਆਪਾਂ ਨੂੰ ਛੁਟਕਾਰਾ ਦਵਾਉਂਦਾ ਹੈ। ਇਸ ਵੱਡੇ ਛੁਟਕਾਰੇ ਦੇ ਲਈ ਮੈਂ ਉਸ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਅਤੇ ਪਰਮੇਸ਼ੁਰ ਦੇ ਦਾਸ ਅਤੇ ਦਾਸੀ ਦਾ ਵੀ ਧੰਨਵਾਦ ਕਰਦਾ ਹਾਂ। ਸਾਰਿਆਂ ਨੂੰ ਮੇਰੇ ਵੱਲੋਂ ਜੈ ਵਸੀ ਦੀ।